ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਅੱਜ ਨਵਾਂਸ਼ਹਿਰ 'ਚ ਪਹੁੰਚੇ ਆ ਜੀ, ਜੀ ਸਟਾਰ ਦੀ ਟੀਮ ਹੈ ਅਤੇ ਸਾਡੇ ਨਾਲ ਤੁਸੀਂ ਦੇਖ ਰਹੇ ਹੋ ਜੀ ਹਜ਼ਾਰਾਂ ਦੀ ਜਿਹੜੀ ਲਾਈਨ ਲੱਗੀ ਹੋਈ ਹੈ ਜੀ। ਅਤੇ ਗੁਰਦੁਆਰਾ ਹੈੱਡ ਪੁਰਾਣ ਟਿੱਬੀ ਸਾਹਿਬ ਤੋਂ ਵੱਲੋਂ ਜਿਹੜਾ ਲੰਗਰ ਆਉਂਦਾ ਜੀ, ਅਤੇ ਸਾਡੇ ਵਿੱਚ ਇਹਨਾਂ ਦੇ ਜਿਹੜੇ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਹੈ ਜੀ, ਸਾਡੇ SDM ਸਾਹਿਬ ਜੀ, ਉਹ ਵੀ ਪਹੁੰਚੇ ਆ। ਸਰ ਤੁਸੀਂ ਜਿਹੜਾ ਆਪਣੇ, ਮੈਂ ਦੇਖਣ ਵਿੱਚ ਆਇਆ ਸਾਡੀ ਟੀਮ ਵੱਲੋਂ ਕਿ ਜਿਹੜਾ ਤੁਸੀਂ ਪਹਿਲਾਂ ਵੀ ਇਹਨਾਂ ਦੇ ਕਈ ਵਾਰ ਤੁਸੀਂ ਚੱਕਰ ਮਾਰ ਚੁੱਕੇ ਹੋ, ਅਤੇ ਤੁਸੀਂ ਅੱਜ ਵੀ ਜਿਹੜਾ ਆਏ ਹੋ, ਤੁਸੀਂ ਲੰਗਰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੀ ਡਿਸਟੈਂਸ ਨਾਲ ਜਿਹੜਾ ਖਿਲਾਇਆ ਜਾ ਰਿਹਾ, ਅਤੇ ਆਪਣੀ ਤੁਸੀਂ ਹੋਰ ਹਦਾਇਤਾਂ ਕੀ ਇਹਨਾਂ ਨੂੰ ਜੀ? ਹਦਾਇਤਾਂ ਤਾਂ ਸਾਰੀਆਂ ਇਹੀ ਨੇ ਵੀ ਹਰ ਇੱਕ ਬੰਦਾ ਜਿਹੜਾ ਕਰੋਨਾ ਵਾਇਰਸ ਦੀ ਜੋ ਸਰਕਾਰ ਵੱਲੋਂ ਸਾਵਧਾਨੀਆਂ ਦੱਸੀਆਂ ਨੇ ਵੀ ਇਕੱਠੇ ਨਹੀਂ ਹੋਣਾ, ਆਪਣੀ ਬੰਦੇ ਤੋਂ ਬੰਦੇ ਨਾਲ ਘੱਟੋ ਘੱਟ 6 ਫੁੱਟ ਦਾ ਫਾਸਲਾ ਲੈ ਕੇ ਖੜ੍ਹਨਾ, ਉਹੀ ਹਦਾਇਤਾਂ ਨੇ ਵੀ ਬੰਦਾ ਇੱਕ ਦੂਰੀ ਬਣਾ ਕੇ ਰੱਖਣੀ ਹੈ, ਆਪਸ ਵਿੱਚ ਇਕੱਠ ਨਹੀਂ ਕਰਨਾ। ਅਤੇ ਇੱਥੇ ਜਿਹੜਾ ਹੈਗਾ, ਇੱਥੇ ਮੈਂ ਖਾਸ ਕਰ ਦੱਸਾਂ ਪ੍ਰੇਮ ਨਗਰ ਦੇ ਵਿੱਚ, ਸਾਡੇ ਨਵਾਂਸ਼ਹਿਰ ਜ਼ਿਲ੍ਹੇ ਦਾ ਇਹ ਪਿੰਡ ਕਾਫੀ ਵੱਡਾ ਹੈ, ਕਾਫੀ ਇੱਥੇ ਲੋਕਾਂ ਨੂੰ ਜਿਹੜੀ ਹੈਗੀ ਆ ਮਜ਼ਦੂਰ ਤਬਕਾ ਬਹੁਤ ਹੈ, ਇਹਨਾਂ ਨੂੰ ਲੰਗਰ ਪਾਣੀ ਦੀ ਵੀ ਕੋਈ ਦਿੱਕਤ ਨਾ ਆਵੇ, ਉਸ ਦੀ ਸਾਰੀ ਜਿਹੜੀ ਜ਼ਿੰਮੇਵਾਰੀ ਹੈ ਸਾਡੇ ਆਪਣਾ ਗੁਰਦੁਆਰਾ ਟਿੱਬੀ ਸਾਹਿਬ ਕੋਟ ਪੁਰਾਣ ਨੇ, ਜਿਹੜੇ ਉੱਥੇ ਸੇਵਾਦਾਰ ਮੁੱਖ ਸੇਵਾਦਾਰ ਨੇ ਬਾਬਾ ਜੀ, ਉਹਨਾਂ ਨੇ ਇਹਨਾਂ ਦੀ ਲਈ ਹੋਈ ਹੈ। ਜਦੋਂ ਦੀ ਵੀ ਇਹ ਕਰਫਿਊ ਦਾ ਸਮਾਂ ਚਾਲੂ ਹੋਇਆ ਉਦੋਂ ਤੋਂ ਹੀ ਗੁਰਦੁਆਰਾ ਟਿੱਬੀ ਸਾਹਿਬ ਵੱਲੋਂ ਇੱਥੇ ਸਾਰੀ ਜਿੰਨੇ ਵੀ ਲੋੜਵੰਦ ਲੋਕਾਂ ਨੇ ਹਰ ਤਰ੍ਹਾਂ ਦੀ ਇਹਨਾਂ ਦੀ ਮਦਦ, ਰਾਸ਼ਨ ਗਿਆ ਜਿਸੇ ਤਰ੍ਹਾਂ ਦੀ ਵੀ ਇਹਨਾਂ ਨੂੰ ਕੋਈ ਲੋੜ ਹੁੰਦੀ ਹੈ ਗੁਰਦੁਆਰਾ ਟਿੱਬੀ ਸਾਹਿਬ ਵੱਲੋਂ ਇਹਨਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਂਦੀ ਹੈ। ਅਤੇ ਮੈਂ ਤਾਂ ਅੱਜ ਬਾਬਾ ਜੀ ਨੂੰ ਇਸ ਬਾਰੇ ਗੁਰਦੁਆਰਾ ਸਾਹਿਬ 'ਚ ਪੁੱਛਣ ਆਇਆ ਸੀ, ਮਿਲਣ ਆਇਆ ਸੀ, ਨਾਲੇ ਇੱਥੇ ਦੇਖਣ ਆਇਆ ਸੀ, ਅਤੇ ਮੈਂ ਜੋ ਦੇਖਿਆ ਉੱਥੇ ਦਾ ਪ੍ਰਬੰਧ ਹੈ ਜਾਂ ਉਰੇ ਲੰਗਰ ਦਾ ਪ੍ਰਬੰਧ ਹੈ, ਇਹ ਬਿਲਕੁਲ ਕਰੋਨਾ ਵਾਇਰਸ ਦੇ ਅਨੁਸਾਰ ਬਿਲਕੁਲ ਸਹੀ ਹੈ, ਇਹ 'ਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ। ਅਤੇ ਸਰ ਜਿਹੜੇ ਤੁਸੀਂ ਜਿਹੜੇ ਆਪਾਂ ਕਰਫਿਊ ਦੇ ਅਧਾਰ ਵਿੱਚ ਹੁਣ ਕੁਛ ਜਿਹੜੀ ਛੂਟਾਂ ਦਿੱਤੀਆਂ ਗਈਆਂ ਸਰ, ਉਹ ਕਿਹਨਾਂ ਕਿਹਨਾਂ ਅਦਾਰਿਆਂ ਨੂੰ ਛੂਟਾਂ ਦਿੱਤੀਆਂ ਗਈਆਂ? ਨਹੀਂ, ਛੋਟਾਂ ਤਾਂ ਹਰ ਇੱਕ ਨਾ, ਐਗਰੀਕਲਚਰ ਜਿਵੇਂ ਹੁਣ ਖੇਤੀਬਾੜੀ ਦਾ ਕੰਮ ਸ਼ੁਰੂ ਹੋਣਾ ਹੈ, ਖੇਤੀਬਾੜੀ ਵਾਲਿਆਂ ਨੂੰ ਦਿੱਤੀਆਂ ਗਈਆਂ ਨੇ, ਅਸੈਂਸ਼ੀਅਲ ਕਮੋਡਿਟੀਜ਼ ਨੇ ਜਿਹੜੀਆਂ ਲੋਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਨੇ ਉਹਦੇ ਵਾਸਤੇ, ਟਰਾਂਸਪੋਰਟ ਨੂੰ ਵੀ ਸਹੂਲਤ ਦਿੱਤੀ ਗਈ ਹੈ ਵੀ ਉਹ ਟਰਾਂਸਪੋਰਟੇਸ਼ਨ ਕਰ ਸਕੇ, ਜਿਹੜੀਆਂ ਨੈਸੈਸਿਟੀ ਜਿਵੇਂ ਜਿਵੇਂ ਸਰਕਾਰ ਦੇ ਧਿਆਨ 'ਚ ਆਉਂਦਾ ਉਵੇਂ ਉਵੇਂ ਉਹਨੂੰ ਕੰਸਿਡਰ ਕਰਕੇ ਸਰਕਾਰ ਰਿਲੈਕਸੇਸ਼ਨ ਦੇ ਰਹੀ ਹੈ। ਅਤੇ ਆਪਣੇ ਇਲਾਕੇ ਵਿੱਚ ਜਿਹੜਾ ਪਹਿਲਾਂ ਕੁਛ ਜਿਹੜਾ ਕਰੋਨਾ ਦੇ ਕਾਫੀ ਪੇਸ਼ੈਂਟ ਸੀ, ਅਤੇ ਹੁਣ ਉਹਦਾ ਤਾਂ ਕੀ ਸਥਿਤੀ ਹੈ ਜੀ? ਨਹੀਂ, ਇਸੇ ਨਵਾਂਸ਼ਹਿਰ ਦੇ ਵਿੱਚ ਪਹਿਲਾਂ ਇੱਕ ਪਿੰਡ ਪਠਲਾਵੇ ਦੇ ਵਿੱਚ ਆਏ ਸੀ ਜਿਹੜੇ ਟੋਟਲ 19 ਸੀ, ਉਹ ਤੋਂ ਬਾਅਦ ਸਾਡਾ ਨਵਾਂ ਕੇਸ ਜ਼ਿਲ੍ਹੇ 'ਚ ਕੋਈ ਨਹੀਂ ਆਇਆ, ਅਤੇ ਉਹਨਾਂ ਦੇ ਵਿੱਚ ਵੀ ਤਕਰੀਬਨ ਬੰਦੇ ਰਿਕਵਰ ਹੋ ਗਏ, ਕਾਫੀ ਤਾਂ ਆਪਣੇ ਘਰ ਵੀ ਚਲੇ ਗਏ, ਇੱਕ ਦੋ ਬੰਦਾ ਰਹਿ ਗਿਆ ਉਹ ਵੀ ਰਿਕਵਰ ਹੋ ਜੂਗਾ, ਪੋਜੀਸ਼ਨ ਖਤਰੇ ਤੋਂ ਬਾਹਰ ਹੈ, ਠੀਕ ਨੇ ਬੰਦੇ। ਅਤੇ ਜਿਵੇਂ ਕਿ ਤੁਹਾਨੂੰ SDM ਸਾਹਿਬ ਨੇ ਜਿਹੜੀ ਪੂਰੀ ਆਪਣੀ ਜਾਣਕਾਰੀ ਦਿੱਤੀ ਹੈ, ਇਹਨਾਂ ਦੀ ਜਿਹੜੇ ਵੀ ਬਲਦੇਵ ਸਿੰਘ ਜੀ ਪਠਲਾਵਾ ਵਾਲੇ ਸੀ, ਉਹਨਾਂ ਦੇ ਕਰਕੇ ਜਿਹੜੀ ਥੋੜ੍ਹਾ ਜਿਹਾ ਕਰੋਨਾ ਦਾ ਜਿਹੜਾ ਵਾਇਰਸ ਸੀ ਉਹਦਾ ਥੋੜ੍ਹਾ ਜਿਹਾ ਮਨ ਵਿੱਚ ਖੌਫ ਸੀ, ਪਰ ਉਹ ਜਿਵੇਂ ਕਿ ਇਹਨਾਂ ਨੇ ਦੱਸਿਆ ਜੀ ਹੁਣ ਉਹਨਾਂ ਦਾ ਕੋਈ ਵੀ ਜਿਹੜਾ ਪੇਸ਼ੈਂਟ ਆ ਉਹ ਨਵਾਂ ਨਹੀਂ ਹੈ। ਸਾਡੇ ਨਾਲ ਬਾਬਾ ਜੀ ਵੀ ਖੜ੍ਹੇ ਆ, ਆਪਾਂ ਵੀ ਉਹਨਾਂ ਨਾਲ ਗੱਲ ਕਰਾਂਗੇ ਜੀ। ਬਾਬਾ ਜੀ, ਜਿਹੜਾ ਆਪਣਾ ਲੰਗਰ ਆਉਂਦਾ ਹੈ ਜੀ, ਅਤੇ ਇਹ ਕਿੰਨੇ ਕੁ ਚਿਰ ਤੋਂ ਆ ਰਹੇ ਜੀ ਉਰੇ? ਇਹ SDM ਸਾਹਿਬ ਬਲਾਚੌਰ ਸਰਦਾਰ ਜਸਵੀਰ ਸਿੰਘ ਜੀ ਨੇ ਮੀਟਿੰਗ ਲਿੱਤੀ ਤੀ ਤਕਰੀਬਨ 5 ਤਰੀਕ ਨੂੰ, ਉਹਨਾਂ ਨੇ ਅਸਰ ਅਸੀਂ ਪਹਿਲਾਂ ਹੀ ਤਕਰੀਬਨ 26 ਤਰੀਕ ਤੋਂ ਲੰਗਰ ਦਿੰਦੇ ਤੇ, ਉਦੋਂ ਉਹਨਾਂ ਨੇ ਬੜੇ ਵਧੀਆ ਢੰਗ ਦੇ ਨਾਲ ਵੰਡ ਕਰੀ ਪਿੰਡਾਂ ਦੀ, ਅਤੇ ਪ੍ਰੇਮ ਨਗਰ ਵੀ ਸਾਨੂੰ ਉਹਨਾਂ ਨੇ ਦੇ ਦਿੱਤਾ। ਅਸੀਂ ਫਿਰ 6 ਤਰੀਕ ਤੋਂ ਇੱਥੇ ਲੰਗਰ ਲੈ ਕੇ ਸ਼ੁਰੂ ਕਰਤਾ ਆਉਣਾ, ਤਕਰੀਬਨ ਦੁਪਹਿਰ ਨੂੰ ਅਸੀਂ ਲੰਗਰ ਲੈ ਕੇ ਆਉਂਦੇ, ਤਕਰੀਬਨ ਜਿੰਨਾ ਕਿਸੇ ਨੂੰ ਲੰਗਰ ਚਾਹੀਦਾ ਉਹ ਅਸੀਂ ਦੇ ਕੇ ਜਾਂਦੇ ਹਾਂ। ਸੋ ਅਸੀਂ ਕੋਈ ਸਾਨ ਵੀ ਨਹੀਂ ਕਿਸੇ 'ਤੇ ਕਰ ਰਹੇ, ਕਿਉਂਕਿ ਪਰਮੇਸ਼ਰ ਨੇ ਇਹ ਸਾਰਿਆਂ 'ਤੇ ਵਕਤ ਪਾਇਆ, ਇਕੱਲੇ ਪੰਜਾਬ 'ਤੇ ਨਹੀਂ ਸਗੋਂ ਸਾਰੇ ਵਰਲਡ 'ਤੇ ਹੀ ਵਕਤ ਪਿਆ ਵਾ। ਇਸ ਕਰਕੇ ਸਾਡੀ ਸਾਰਿਆਂ ਦੀ ਇਹ ਫਰਜ਼ ਬਣਦਾ ਕਿ ਆਪਾਂ ਰਲ ਮਿਸ ਕੇ ਇਸ ਮਹਾਂਮਾਰੀ ਜੋ ਫੈਲੀ ਆ ਇਹਦਾ ਆਪਾਂ ਮੁਕਾਬਲਾ ਕਰੀਏ, ਅਤੇ ਮੁਕਾਬਲਾ ਵੀ ਕਰੀਏ ਨਾਲ ਪਰਮੇਸ਼ਰ ਅੱਗੇ ਦੁਆ ਵੀ ਕਰੀਏ, ਪਰਮੇਸ਼ਰ ਨਾ ਕੋਈ ਮੂਰਖ ਨਾ ਕੋਈ ਸਿਆਣਾ ਵਰਤੇ, ਸਭ ਕੁਝ ਤੇਰਾ ਭਾਣਾ, ਵੀ ਇਸ ਬਿਮਾਰੀ 'ਚੋਂ ਮਹਾਂਮਾਰੀ 'ਚੋਂ ਸਾਰੇ ਸੰਸਾਰ ਨੂੰ ਮਾਰਾ ਸੁਰਖੁਰੂ ਕਰਕੇ ਕੱਢ। ਸੋ ਇਸ ਕਰਕੇ ਜੋ ਲੋੜਵੰਦ ਆ ਉਹਨਾਂ ਦੀ, ਜੋ ਸਾਡਾ ਸਾਰਿਆਂ ਦਾ ਫਰਜ਼ ਆ ਕਿ ਅਸੀਂ ਉਹਨਾਂ ਦੀਆਂ ਜੋ ਮੁੱਢਲੀ ਲੋੜ ਆ, ਸਭ ਤੋਂ ਮੁੱਢਲੀ ਲੋੜ ਤਾਂ ਖਾਣੇ ਦੀ ਹੁੰਦੀ ਆ, ਕਿਉਂਕਿ ਰਾਤ ਨੂੰ ਅਸੀਂ ਖਾ ਕੇ ਸੌਂਦੇ ਹਾਂ, ਸਵੇਰੇ ਭੁੱਖ ਫੇਰ ਖੜ੍ਹੀ ਹੁੰਦੀ ਆ, ਇਸ ਕਰਕੇ ਜੋ ਭੁੱਖਾ ਮੌਤ ਵੀ ਬੁਰੀ ਆ। ਇਸ ਕਰਕੇ ਜੇ ਇੱਕ ਟਾਈਮ ਵੀ ਰੋਟੀ ਰੱਜ ਕੇ ਮਿਲੀ ਜਾਵੇ ਤਾਂ ਬੰਦਾ ਕਿਤੇ ਜਾਂਦਾ ਨਹੀਂ ਹੈਗਾ। ਸੋ ਅਸੀਂ ਆਪਣੇ ਵੱਲੋਂ, ਮੈਂ ਸੰਤ ਬਾਬਾ ਖੁਸ਼ਹਾਲ ਸਿੰਘ ਜੀ ਵੱਲੋਂ ਪ੍ਰਸ਼ਾਸਨ ਦਾ ਰਿਣੀ ਹਾਂ ਕਿ ਸਾਨੂੰ ਬਹੁਤ ਬੜਾ ਸਹਿਯੋਗ ਦੇ ਰਹੇ ਹਨ, ਜਿਹਦੇ ਸਹਿਯੋਗ ਸਦ ਕੇ ਅਸੀਂ ਇਸ ਇਲਾਕੇ ਦੇ ਵਿੱਚ ਆ ਕੇ ਬੜੀਆ ਵਧੀਆ ਢੰਗ ਦੇ ਨਾਲ ਵਰਤਾ ਰਹੇ ਹਾਂ। ਸੋ ਮੈਂ ਇਸ ਗੱਲ ਦੀ ਪ੍ਰਸ਼ੰਸਾ ਕਰਦਾ ਕਿ ਸਾਡਾ ਰੋਪੜ ਵਿੱਚ ਵੀ ਬਹੁਤ ਲੰਗਰ ਜਾਂਦਾ ਹੈ, ਪਰ ਜੋ ਪ੍ਰਬੰਧ ਇਹਨਾਂ ਨੇ ਬਲਾਚੌਰ ਦੇ ਵਿੱਚ ਵਧੀਆ ਢੰਗ ਦੇ ਨਾਲ ਕੀਤਾ, ਸਰਦਾਰ ਜਸਵੀਰ ਸਿੰਘ SDM ਸਾਹਿਬ ਬਲਾਚੌਰ ਬਹੁਤ ਵਧੀਆ ਢੰਗ ਦੇ ਨਾਲ ਸੁਚਾਰੂ ਹੈ, ਬੰਦਿਆਂ ਦੀ ਜ਼ਿੰਮੇਵਾਰੀ ਆ, ਜਿੱਥੇ ਕੋਈ ਲੰਗਰ ਨਹੀਂ ਪਹੁੰਚਦਾ ਜ਼ਿੰਮੇਵਾਰ ਬੰਦੇ ਨੂੰ ਉੱਥੇ ਪੁੱਛਿਆ ਜਾਂਦਾ ਵੀ ਤੁਸੀਂ ਕਿਉਂ ਨਹੀਂ ਪਹੁੰਚੇ। ਇਸ ਕਰਕੇ ਕਈ ਵਾਰ ਦੇਖਣ 'ਚ ਆਉਂਦਾ ਕਿ ਇੱਕ ਇਲਾਕੇ ਦੇ ਵਿੱਚ 4-4 ਗੱਡੀਆਂ ਪਹੁੰਚਦੀਆਂ, ਇੱਕ ਇਲਾਕੇ 'ਚ ਕੋਈ ਵੀ ਨਹੀਂ ਪਹੁੰਚਦਾ, ਪਰ ਇਹ ਬਲਾਚੌਰ ਦੇ ਸਬ ਡਿਵੀਜ਼ਨ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਸੋ ਇਸ ਕਰਕੇ ਆਸਰੋ ਦੇ ਵਿੱਚ ਅਸੀਂ ਆਏ ਹਾਂ ਅੱਜ,
सरदार SDM साहब इतने पहुँचे थे, सो दास भी कहने असं चलो नाल चलते हैं तो नाले देख आए हैं। इस करके लोगों से यही बेनती है कि आप सारे रल मिल के प्रशासन का सहयोग दईए तो जो दूरी है उन्हें भी बना के रखिए तो जो गुरु गौरमेंट दिता हदायतों उन्होंने पालना करिए। साढ़े वास्ते सब को नियम बने हैं, इस करके नाल प्रशासन की भी यही गल है कि वह भी सारे लोगों का सहयोग मंग रहे हैं ता ही असी रल मिल के कल्ला कोई कुछ नहीं करता, रल मिल के इसका आप मुकाबला कर सकते हैं। सो मैं GTV द स्टार का बहुत धन्यवादी हाँ कि समय समय के नाल वो आके लोगों की लोड़ा प्रशासन तक प्रशासन के स्नेह लोगों तक पहुँचाते हैं। सो मैं अपने वालों संत बख्शियाल सिंह जी वालों परमेश्वर अगे ही दुआई करदा कि महाराज जग चलंदा रख ला अपनी कृपा धार मार सारी बीमारी चो लोगों सुरखुर करके कढ़। सो महाराज सब का भला करे। सो अंत दे विच मैं फिर सारे देश के संगतां नूं बेनती करांगा कि कोई ऐसा शख्स बांझा ना रहे जिहड़ा किसी ना किसी तरह इस बीमारी के सहयोग के लिए हिस्सा ना पावे। वाहिगुरू जी का खालसा वाहिगुरू जी की फतह। तुसीं मेरे पिछे देख रहे हो जी ने SDM साहब के जिहड़े बाबा जसवीर सिंह जी है उन्होंने आला जिहड़े अधिकारी है पुलिस प्रशासन भी उन्होंने नाल जिहड़ा पूरा उन्होंने जिहड़ी है डिस्टेंस जिहड़ी रखी जाती है उन्होंने जिहड़े नियम की जिहड़ी पालना कर रहे हैं उन्होंने तुसीं देख रहे हो जी मेरे पिछे जिहड़े सेवादार है वह भी अपने पूरी सेवा कर रहे जी पूरी लैन लैन के हिसाब न पूरी बिठ के नाल उन्होंने जिहड़े मुलाजम है तुसीं वह भी देख रहे हो जी उन्होंने जिहड़े पूरे मुलाजम है वह भी पूरे सेवा निभा रहे जी उन्होंने दूर रखने के विच तुसीं देखे जी जिहड़ी लंबी लाइन लगी हुई है जी उन्होंने जिहड़े सेवादार है गुरुद्वारा साहब वालों लंगर दिता जाता साढ़े नाल बीबिया भी खड़िया है जिहड़ा तुहानूं लंगर दिता जाता जी हर रोज़ आंदा है अलावा कोई होर चीज दी किसी दी दिक्कत आ रही है जी किसी दी दिक्कतदारी तो बहुत है क्या करे। अच्छा जी जो मिलता है खा लेते हैं। ठीक है ते तुसी भी कितने राशन आता है चुप चुप के बांट देते हम लोग को नहीं देते हैं। अच्छा हाँ ठीक है जी ते तुसी देखे जी जिम्मे के इन्होंने दसिया जेड़ा तुहानू जेड़ा लंगर है हर रोज जेड़े वधिया वधिया चीज मिलदी है बहुत चीज अच्छा मिलता जी। अच्छा हाँ जी ते जिदा के प्रसादा वगैरह और लेड़ा होर सब्जी वगैरह हाँ सब कुछ मिलता है सब बढ़िया मिलता है ना साहब है उन्होंने कले कले पुछ रहे जी ते उन्हां नूं किसी चीज़ की दिक्कत हो भी उन्होंने देख के खुद निगरानी के जिहड़ा लंगर बता रहे हैं तो उन्होंने नाल जिहड़े प्रशासन के जिहड़ी उन्होंने होर भी अवतार सिंह जी ASI साहब है तो होर भी जिहड़े उन्होंने मुलाजम है वह भी उन्होंने नाल जिहड़े पूरी मुस्ताक नाल खड़े जी। कैमरामैन गुरजीत सिंह दे नाल जी स्टार टीम दे नाल कृपा साहब वाहिगुरू साहब वाहिगुरू फतेह जी। तो जिवें कि तुसीं मेरे पिछे देख रहे हो जी जिहड़ा ये पूरा इत्थों तों नवां शहर जिहड़ा ਉਹ ਸ਼ੁਰੂ ਹੋ ਜਾਂਦਾ ਹੈ ਇੱਥੇ ਰੋਪੜ ਦੀ ਜਿਹੜੀ ਹੱਦ ਆ ਉਹ ਸਮਾਪਤ ਹੋ ਜਾਂਦੀ ਹੈ ਅਤੇ ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਜੀ ਜਿਹੜਾ ਇਹਨਾਂ ਨੇ ਪੂਰਾ ਬੈਰੀਗੇਟ ਲੱਗਿਆ ਹੋਇਆ ਜੀ ਪੂਰੀ ਵੀ ਜਿਹੜਾ ਵੀ ਬੰਦਾ ਆਉਂਦਾ ਹੈ ਉਹਨਾਂ ਦੇ ਸਾਰਿਆਂ ਦੇ ਪਾਸ ਔਰ ID ਪਰੂਫ ਜਿਹੜੇ ਚੈੱਕ ਕੀਤੇ ਜਾਂਦੇ ਆ ਬਕਾਇਦਾ ਔਰ ਇਹ ਜਿਹੜੇ ਅਫਸਰ ਸਾਹਿਬਾਨ ਆ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਅਤੇ ਉਹਨਾਂ ਵਾਸਤੇ ਤੁਸੀਂ ਦੇਖ ਰਹੇ ਹੋ ਜੀ ਇਕੱਲੇ ਇਕੱਲੇ ਜਿਹੜੀ ਪਰਮਿਸ਼ਨ ਹੈ ਜਿਹਨਾਂ ਨੂੰ ਉਹ ਜਿਹੜੀ ਗੱਡੀਆਂ ਉਹਦੇ ਤੋਂ ਪਾਸ ਹੋ ਰਹੀਆਂ ਜੀ ਅਤੇ ਬਾਕੀ ਹੋਰ ਵੀ ਕੋਈ ਵੀ ਬੰਦਾ ਜਿਹੜਾ ਇੱਦਾਂ ਦੇ ਘਰ 'ਚ ਬੈਠੇ ਜਿਹੜਾ ਹਰ ਇੱਕ ਬੰਦਾ ਕਹੇ ਵੀ ਮੈਂ ਕਿਤੇ ਘੁੰਮ ਕੇ ਆਵਾਂ ਉਹਨਾਂ ਵਾਸਤੇ ਕੋਈ ਵੀ ਇੱਦਾਂ ਦਾ ਜਿਹੜਾ ਆਪਸ਼ਨ ਹੈ ਵੀ ਉਹ ਜਾ ਨਹੀਂ ਸਕਦੇ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਜਿਹੜੀ ਗੱਡੀਆਂ ਉਹ ਪੂਰੀਆਂ ਚੱਕ ਕਰਨ ਤੋਂ ਬਾਅਦ ਹੀ ਔਰ ਤੋਂ ਜਾਣ ਦਿੰਦੇ ਆ ਅਤੇ ਇਸ ਵਿੱਚ ਜਿਹੜੇ ਸਾਡੇ ਬਾਬਾ ਜੀ ਵੱਲੋਂ ਅੱਜ ਜਿਹੜਾ ਲੰਗਰ ਲੈ ਕੇ ਆਉਂਦਾ ਉਹਨਾਂ ਨੂੰ ਸਪੈਸ਼ਲੀ SDM ਸਾਹਿਬ ਸਰਦਾਰ ਜਸਵੀਰ ਸਿੰਘ ਵੱਲੋਂ ਪਾਸ ਇਸ਼ੂ ਕਰਕੇ ਔਰ ਰੋਪੜ ਤੋਂ ਸਪੈਸ਼ਲ ਜਿਹੜੇ ਪਾਸ ਕੀਤੇ ਇਸ਼ੂ ਕੀਤੇ ਗਏ ਆ ਜੀ ਉਹਨਾਂ ਨੂੰ ਜਿਹੜੀਆਂ ਗੱਡੀਆਂ ਸਾਰੀਆਂ ਬਕਾਇਦਾ ਕੋਈ ਵੀ ਗੱਡੀ ਆ ਬਿਨਾਂ ID ਤੋਂ ਅਤੇ ਜਿਨ੍ਹਾਂ ਨੂੰ ਪਰਮਿਸ਼ਨ ਆ ਸਿਰਫ ਉਹੀ ਗੱਡੀਆਂ ਜਾਂਦੀਆਂ ਅਤੇ ਅਸੀਂ ਅਪੀਲ ਕਰ ਦਾਂਗੇ ਜਿਹੜੇ ਲੋਕ ਘਰ 'ਚ ਬੈਠੇ ਆ ਉਹ ਪੁਲਿਸ ਇੱਦਾਂ ਹੀ ਘੁੰਮਣ ਫਿਰਨ ਦੇ ਬਹਾਨੇ ਕੋਈ ਵੀ ਗੱਡੀ ਮੋਟਰਸਾਈਕਲ ਗੱਡੀ ਲੈ ਕੇ ਇਹਨਾਂ ਦੇ ਨਾਕਿਆਂ 'ਤੇ ਨਾ ਪੁੱਜੋ ਕਿਉਂਕਿ ਜਿਹੜੇ ਪ੍ਰਸ਼ਾਸਨ ਹੈ ਤੁਸੀਂ ਦੇਖ ਰਹੇ ਹੋ ਵੀਡੀਓ ਜਿਹੜੀਆਂ ਅੱਜ ਕੱਲ੍ਹ ਚੱਲ ਰਹੀਆਂ ਵੀ ਕਿਸ ਦੀ ਕਟਾਈ ਹੋ ਰਹੀ ਆ ਉਹਦਾ ਕਾਰਨ ਇਹੀ ਆ ਕਿ ਬਿਨਾਂ ਮਤਲਬ ਕਿਸੇ ਬੰਦੇ ਕੋਲ ਪਾਸ ਨਹੀਂ ਔਰ ID ਨਹੀਂ ਹੁੰਦੀ ਆ ਕੋਈ ਪਰਮਿਸ਼ਨ ਨਹੀਂ ਹੁੰਦਾ ਉਸ ਤੋਂ ਬਾਅਦ ਇੱਦਾਂ ਹੀ ਗੱਡੀ ਚੱਕ ਕੇ ਘੁੰਮੀ ਜਾਂਦੇ ਆ ਤਾਂ ਫਿਰ ਪ੍ਰਸ਼ਾਸਨ ਨੂੰ ਥੋੜ੍ਹਾ ਸਖਤ ਹੋਣਾ ਪੈਂਦਾ। ਕੈਮਰਾਮੈਨ ਗੁਰਜੀਤ ਸਿੰਘ ਦੇ ਨਾਲ ਜਿਸ ਟੀਮ ਦੇ ਨਾਲ ਕਿਰਪਾਲ ਸਿੰਘ।